ਪਾਇਲ ਦੇ ਪਿੰਡ ਰਾੜਾ ਸਾਹਿਬ ਅਤੇ ਕਲੋਟੀ ਵਿੱਚ ਖੜੀ ਕਣਕ ਨੂੰ ਅੱਗ ਲੱਗ ਗਈ। ਤਕਰੀਬਨ 2 ਘੰਟੇ ਲੱਗੀ ਅੱਗ ਨਾਲ 54 ਏਕੜ ਦੇ ਕਰੀਬ ਰਕਬੇ ਵਿੱਚ ਖੜੀ ਕਣਕ ਦੀ ਫਸਲ ਅਤੇ 18 ਏਕੜ ਦੇ ਲਗਭਗ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ। ਕਿਸਾਨਾਂ ਮੁਤਾਬਕ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਜਾ ਸਕਿਆ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀ ਗੱਡੀ 2 ਘੰਟੇ ਲੇਟ ਪਹੁੰਚੀ। ਉਧਰ ਇਸ ਮੌਕੇ ਤੇ ਇਲਾਕੇ ਦੇ ਵਿਧਾਇਕ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਤੁਸੀਂ ਦੇਖਦੇ ਹੋ 70 ਕਿੱਲੇ ਕਣਕ ਦੇ ਅੱਜ ਮੱਚ ਗਏ। ਸਿਰਫ 3 ਘੰਟੇ ਹੋ ਗਏ, ਸਿਰਫ ਆਲੇ ਦੁਆਲੇ 20 ਪਿੰਡਾਂ ਤੋਂ ਲੋਕ ਤਾਂ ਆ ਗਏ, ਪਰ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ, ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ। ਹਰੇਕ ਲਗਾਤਾਰ 6-7 ਸਾਲ ਤੋਂ ਇਹੀ ਅੱਗ ਬਿਜਲੀ ਦੇ ਕਾਰਨ ਲੱਗਦੀ ਆ। ਹਰੇਕ ਵਾਰੀ ਲਿਖ ਕੇ ਦਿੰਦੇ ਹਾਂ ਇੱਕੋ ਜਗ੍ਹਾ ਤੋਂ ਅੱਗ ਆਉਂਦੀ ਆ, ਪਰ ਕਿਸੇ ਨੇ ਅੱਜ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਹੈਗਾ। 70 ਕਿੱਲੇ ਆ ਕਣਕ ਦੇ ਮੱਚ ਗਏ, ਬਾਕੀ 35-36 ਕਿੱਲੇ ਨਾੜ ਦੇ ਮੱਚ। ਕਿਸਾਨ ਵੀਰ ਮਜ਼ਦੂਰ ਫਸਲ ਨੂੰ ਆਪਣੇ ਪੁੱਤਾਂ ਵਾਂਗ ਪਾਲਦੇ ਨੇ ਅਤੇ ਜਿਹੜੀ ਆ 35-40 ਏਕੜ ਫਸਲ ਸੜ ਕੇ ਸਵਾਹ ਜਮ੍ਹਾਂ ਹੀ ਹੋ ਗਈ। ਉਹਦੇ ਲਈ ਮੈਂ ਸਰਕਾਰ ਤੋਂ ਮੰਗ ਕਰੂੰਗਾ, CM ਸਾਹਿਬ ਨਾਲ ਗੱਲ ਕਰੂੰਗਾ ਵੀ ਜਿੰਨਾ ਵੀ ਮੁਆਵਜ਼ਾ ਹੋ ਸਕਦਾ ਵੱਧ ਤੋਂ ਵੱਧ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।